welcom to all of this ਵਕਤੇ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਪਿਛਲੇ ਹੀ ਦਿਨਾਂ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਮਾਸਟਰ ਕਿਡ ਦੀ 3700 ਅਸਾਮੀਆਂ ਆਈ ਸੀ ਉਹਨਾਂ ਲਈ ਇੱਕ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਹੈਗੀ ਹੈ ਸੋ ਉਹ ਇਨਫੋਰਮੇਸ਼ਨ ਕੀ ਹੈ ਕਿ ਜਿਹੜੇ 3704 ਅਸਾਮੀਆਂ ਦੇ ਵਿਰੁੱਧ ਜਿਹੜਾ ਸਿਲੈਕਟਡ ਹੋਏ ਕੈਂਡੀਡੇਟ ਸੀ ਚਾਹੇ ਉਹ ਮੈਥ ਹੈ ਚਾਹੇ ਉਹ ਸਾਇੰਸ ਹੈ ਚਾਹੇ ਇੰਗਲਿਸ਼ ਹੈ ਚਾਹੇ ਪੰਜਾਬੀ ਹੈ ਚਾਹੀ ਹਿੰਦੀ ਹੈ ਕੋਈ ਵੀ ਸਬਜੈਕਟ ਹੈਗਾ ਸੋ ਉਹਨਾਂ ਲਈ ਪਿੱਛੇ ਐਗਜ਼ਾਮ ਹੋਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਸਿਲੈਕਟਡ ਲਿਸਟ ਜਾਰੀ ਕੀਤੀ ਗਈ ਵੱਖ-ਵੱਖ ਟਾਈਮ ਤੇ ਮੈਰਟ ਲਿਸਟਾਂ ਪਾਈਆਂ ਗਈਆਂ ਤਾਂ ਉਸ ਤੋਂ ਬਾਅਦ ਉਹਨਾਂ ਵਾਸਤੇ ਜਿਹੜਾ ਨਿਯੁਕਤੀ ਪੱਤਰ ਦਿੱਤੇ ਸੌਰੀ 26 ਫਰਵਰੀ 27 ਫਰਵਰੀ ਔਰ ਉਸ ਤੋਂ ਬਾਅਦ 5 ਮਾਰਚ 18 ਮਾਰਚ ਔਰ 19 ਮਾਰਚ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸੀ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਲਗਾਤਾਰਤਾ ਬਣਾਉਂਦੇ ਹੋਏ ਜਿਹੜਾ 25 3 2001 ਨੂੰ ਵਿਭਾਗ ਦੀ ਵੈਬਸਾਈਟ ਤੇ ਜਿਹੜਾ ਇੱਕ ਨਵੀਂ ਜਿਹੜੀ ਲਿਸਟ ਅਪਲੋਡ ਕੀਤੀ ਗਈ ਸੀ ਇਹਨਾਂ ਨੂੰ ਜਿਹੜਾ 26 3 2021 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਔਰ ਜੋ ਸਿਲੇਕਟਡ ਉਮੀਦਵਾਰ 26 3 ਨੂੰ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਕਰ ਸਕੇ ਉਹ ਹੁਣ ਮਿਤੀ 27 3 2021 ਨੂੰ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਨਿੱਜੀ ਤੌਰ ਤੇ ਆਪਣਾ ਨਿਯੁਕਤੀ ਪੱਤਰ ਚੌਥੀ ਮੰਜ਼ਲ ਦਫਤਰ ਡਾਇਰੈਕਟਰ ਸਿੱਖਿਆ ਭਾਗ ਫੇਜ਼ 8 ਐਸਐਸ ਨਗਰ ਮਹਾਲੀ ਤੋਂ ਪ੍ਰਾਪਤ ਕਰ ਸਕਦੇ ਆ ਸੋ ਇਹ ਉਹਨਾਂ ਵਾਸਤੇ ਜਾਣਕਾਰੀ ਹੈਗੀ ਹੈ ਜਿਹੜੇ ਕਿ ਸਿਲੇਕਟਡ ਕੈਂਡੀਡੇਟ ਹੈਗੇ ਜਿਨ੍ਹਾਂ ਨੂੰ ਕਿ ਪਹਿਲਾਂ ਨਿਯੁਕਤੀ ਪੱਤਰ ਦਾ ਜਿਹੜੀ ਡੇਟ ਆਈ ਸੀ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਾਂ ਉਹ ਗੈਰਹਾਜ਼ਰ ਸੀ ਸੋ ਉਹਨਾਂ ਲਈ ਇੱਕ ਵਾਰੀ ਲਾਸਟ ਹੀ ਮੌਕਾ ਹੋਏਗਾ ਲਗਭਗ 27 ਮਾਰਚ ਤੱਕ ਜਿਹੜਾ ਉਹ ਪਾਵ 27 ਮਾਰਚ ਨੂੰ ਜਿਹੜਾ ਕੀ ਕਰ ਸਕਦੇ ਆ ਅੱਜ ਦਾ ਦਿਨ ਕਹਿਣ ਦਾ ਮਤਲਬ ਅੱਜ ਦਾ ਦਿਨ ਹੀ ਹੈ ਉਹਨਾਂ ਕੋਲ ਠੀਕ ਹੈ ਸੋ ਅੱਜ ਦਾ ਦਿਨ ਹੀ ਹੈ 2 ਵਜੇ ਤੱਕ ਜਾ ਕੇ ਆਪਣੇ ਨਿਯੁਕਤੀ ਪੱਤਰ ਲਿਆ ਸਕਦੇ ਆ ਸੋ ਇਹ ਕਿਸੇ ਦੀ ਜੌਬ ਦਾ ਮਸਲਾ ਹੈ ਔਰ ਬੜੀ ਹੀ ਮਿਹਨਤ ਨਾਲ ਕੋਈ ਨੌਕਰੀ ਪ੍ਰਾਪਤ ਕਰਦਾ ਤਾਂ ਉਹਨਾਂ ਤੇ ਕੇ ਵੀਡੀਓ ਨੂੰ ਜਰੂਰ ਪਹੁੰਚਦੀ ਕਰ ਦਿਓ ਤਾਂ ਕਿ ਜਿਸ ਦੇ ਵੀ ਕੋਈ ਇਹ ਨਿਯੁਕਤੀ ਪੱਤਰ ਰਹਿੰਦੇ ਆ ਤਾਂ ਉਹ ਜਰੂਰ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰ ਲੈਣ ਠੀਕ ਹੈ ਜੀ ਥੈਂਕ ਯੂ ਸੋ ਮੈ ਟੇਕ ਕੇਅਰ ਬਾਏ ਬੇ